ਚੋਣ ਪ੍ਰਚਾਰ ਕਰਨ ਲਈ ਤਰੁਣ ਚੁੱਗ ਜੀ ਅੱਜ ਕੱਲੂ ਦਾ ਅਖਾੜਾ ਪਹੁੰਚੇ ਨੇ। ਤਰੁਣ ਜੀ, ਅੱਜ ਚੋਣ ਪ੍ਰਚਾਰ ਘਰ ਘਰ ਤੁਸੀਂ ਕਰ ਰਹੇ ਹੋ, ਸਵੇਰ ਤੋਂ ਹੀ ਲੱਗੇ ਹੋਏ ਹੋ, ਅੱਜ ਵੀ ਤੁਸੀਂ ਕੱਲੂ ਦਾ ਅਖਾੜਾ ਪਹੁੰਚੇ ਹੋ। ਐਸਾ ਕਿ ਇਸ ਇਲਾਕੇ ਦੇ ਅੰਦਰ ਆਪਣੇ ਬੜੇ ਪਿਆਰ ਵਾਲੇ ਘਰ ਨੇ ਔਰ ਇਹ ਸਾਰਾ ਜਿਹੜਾ ਇਕੱਠ ਹੈ, ਸਾਡੇ ਬਹੁਤ ਬਜ਼ੁਰਗ ਸਾਡੇ ਪਿਤਾ ਸਮਾਨ ਸਰਦਾਰ ਬਲਬੀਰ ਸਿੰਘ ਜੀ, ਉਹਨਾਂ ਦਾ ਪਰਿਵਾਰ ਹੈ ਬਲਬੀਰ ਸਿੰਘ ਜੀ ਮੱਕੜ, ਉਹਨਾਂ ਨੇ ਬਹੁਤ ਅਸੀਸਾਂ ਦਿੱਤੀਆਂ ਅੱਜ ਤੱਕ ਜਿੱਥੇ ਪਹੁੰਚੇ ਹਾਂ। ਅੱਜ ਉਹਨਾਂ ਨੇ ਇੱਥੇ ਮੀਟਿੰਗ ਸੱਦੀ ਸੀ, ਆਪਣਾ ਆਲਾ ਦੁਆਲਾ ਸਾਰਾ ਕਿੰਗ ਟਰਾਂਸਪੋਰਟ ਦੇ ਨਾਂ ਤੋਂ ਮਸ਼ਹੂਰ ਨੇ ਔਰ ਬਹੁਤ ਮੋਦੀ ਸਾਹਿਬ ਦੇ ਭਗਤ ਨੇ ਔਰ ਅੱਜ ਦੀ ਮੀਟਿੰਗ 'ਚ ਇਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਦੁਬਾਰਾ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਅੱਜ ਇੱਥੇ ਆਪਣਾ ਮਤ ਵੀ ਰੱਖਿਆ ਔਰ ਪੂਰੀ ਸਪੋਰਟ ਕੀਤੀ ਹੈ। ਮੈਂ ਮੱਕੜ ਪਰਿਵਾਰ ਦਾ ਔਰ ਇਹਨਾਂ ਦੇ ਨਾਲ ਜੁੜੇ ਹੋਏ ਸਾਰੇ ਹੀ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਇਸੇ ਤਰ੍ਹਾਂ ਹੀ ਇਹ ਪਰਿਵਾਰ ਅੱਗੇ ਫੁੱਲੇ ਫੁੱਲੇ ਔਰ ਸਾਡੀ ਸਪੋਰਟ ਕਰਦਾ ਰਹੇ। ਤੁਸੀਂ ਅੱਜ ਸੁੱਖ ਸਾਹਿਬ ਤੁਹਾਡੇ ਘਰ ਆਏ? ਜੀ ਹਾਂਜੀ ਹਾਂਜੀ ਸਰ, ਬਹੁਤ ਖੁਸ਼ੀ ਦੀ ਗੱਲ ਹੈ ਜੀ ਔਰ ਇਹਨਾਂ ਨੇ ਸਾਡੇ ਪਰਿਵਾਰਕ ਮੈਂਬਰ ਨੂੰ ਵੀ ਨੇ ਸਾਡੇ ਔਰ ਬਹੁਤ ਹੀ ਅੱਛੇ ਨੇਤਾ ਨੇ ਔਰ ਇਹਨਾਂ ਨੇ ਮਿਲ ਕੇ ਅਸੀਂ ਇਹਨਾਂ ਕੋਲ ਬਹੁਤ ਕੁਛ ਸਿੱਖਿਆ ਵੀ ਹੈ ਔਰ ਇਹਨਾਂ ਦੀ ਜੋ ਸਰਕਾਰ ਕੰਮ ਕਰ ਰਹੀ ਹੈ ਅਸੀਂ ਇਹਨਾਂ ਤੋਂ ਬਹੁਤ ਖੁਸ਼ ਹਾਂ ਜੀ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਮੋਦੀ ਸਾਹਿਬ ਦੁਬਾਰਾ ਆਉਣ ਅਤੇ ਅਸੀਂ ਇਹਨਾਂ ਦੇ ਬਿਲਕੁਲ ਨਾਲ ਹੀ ਤੁਹਾਨੂੰ ਮਨ ਤਨ ਤੋਂ ਨਾਲ ਹੀ ਕਹਿੰਦੇ ਜੀ ਇਹਨਾਂ ਦੀ। ਸੋ ਤਰੁਣ ਚੁੱਗ ਸਵੇਰ ਤੋਂ ਹੀ ਲੋਕਾਂ ਦੇ ਆਪਣੇ ਸਮਰਥਕਾਂ ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੇ ਪਏ ਨੇ ਅਤੇ ਇਸ ਵੇਲੇ ਸ਼ਾਮ ਦੇ 8 ਵੱਜ ਚੁੱਕੇ ਨੇ ਜਦੋਂ ਕਿ ਆਲੂ ਵਾਲੇ ਕੱਲੂ ਦਾ ਅਖਾੜਾ ਜਿਹੜਾ ਅੰਮ੍ਰਿਤਸਰ ਦੇ ਸੰਤ ਰਾਮ ਦੇ ਕਲੋਨੀ ਦੇ ਵਿੱਚ ਪਹੁੰਚੇ ਨੇ, ਜਿੱਥੇ ਇੱਕ ਪਰਿਵਾਰ ਦੇ ਨਾਲ ਪਰਿਵਾਰ ਦੇ ਘਰ ਪਹੁੰਚੇ ਨੇ ਜਿੱਥੇ ਸਾਰੇ ਇਲਾਕੇ ਦੇ ਲੋਕ ਪਹੁੰਚੇ ਹੋਏ ਸਨ, ਉਹਨਾਂ ਦੇ ਨਾਲ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਤਰੁਣ ਚੁੱਗ ਨੇ ਅਪੀਲ ਕੀਤੀ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਚੋਣ ਪ੍ਰਚਾਰ ਕਰਨ ਲਈ ਤਰੁਣ ਚੁੱਗ ਜੀ ਅੱਜ ਕੱਲੂ ਦਾ ਅਖਾੜਾ ਪਹੁੰਚੇ ਨੇ। ਤਰੁਣ ਜੀ, ਅੱਜ ਚੋਣ ਪ੍ਰਚਾਰ ਘਰ ਘਰ ਤੁਸੀਂ ਕਰ ਰਹੇ ਹੋ, ਸਵੇਰ ਤੋਂ ਹੀ ਲੱਗੇ ਹੋਏ ਹੋ, ਅੱਜ ਵੀ ਤੁਸੀਂ ਕੱਲੂ ਦਾ ਅਖਾੜਾ ਪਹੁੰਚੇ ਹੋ। ਐਸਾ ਕਿ ਇਸ ਇਲਾਕੇ ਦੇ ਅੰਦਰ ਆਪਣੇ ਬੜੇ ਪਿਆਰ ਵਾਲੇ ਘਰ ਨੇ ਔਰ ਇਹ ਸਾਰਾ ਜਿਹੜਾ ਇਕੱਠ ਹੈ, ਸਾਡੇ ਬਹੁਤ ਬਜ਼ੁਰਗ ਸਾਡੇ ਪਿਤਾ ਸਮਾਨ ਸਰਦਾਰ ਬਲਬੀਰ ਸਿੰਘ ਜੀ, ਉਹਨਾਂ ਦਾ ਪਰਿਵਾਰ ਹੈ ਬਲਬੀਰ ਸਿੰਘ ਜੀ ਮੱਕੜ, ਉਹਨਾਂ ਨੇ ਬਹੁਤ ਅਸੀਸਾਂ ਦਿੱਤੀਆਂ ਅੱਜ ਤੱਕ ਜਿੱਥੇ ਪਹੁੰਚੇ ਹਾਂ। ਅੱਜ ਉਹਨਾਂ ਨੇ ਇੱਥੇ ਮੀਟਿੰਗ ਸੱਦੀ ਸੀ, ਆਪਣਾ ਆਲਾ ਦੁਆਲਾ ਸਾਰਾ ਕਿੰਗ ਟਰਾਂਸਪੋਰਟ ਦੇ ਨਾਂ ਤੋਂ ਮਸ਼ਹੂਰ ਨੇ ਔਰ ਬਹੁਤ ਮੋਦੀ ਸਾਹਿਬ ਦੇ ਭਗਤ ਨੇ ਔਰ ਅੱਜ ਦੀ ਮੀਟਿੰਗ 'ਚ ਇਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਦੁਬਾਰਾ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਾਉਣ ਵਾਸਤੇ ਅੱਜ ਇੱਥੇ ਆਪਣਾ ਮਤ ਵੀ ਰੱਖਿਆ ਔਰ ਪੂਰੀ ਸਪੋਰਟ ਕੀਤੀ ਹੈ। ਮੈਂ ਮੱਕੜ ਪਰਿਵਾਰ ਦਾ ਔਰ ਇਹਨਾਂ ਦੇ ਨਾਲ ਜੁੜੇ ਹੋਏ ਸਾਰੇ ਹੀ ਜਿਹੜੇ ਲੋਕ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਔਰ ਇਸੇ ਤਰ੍ਹਾਂ ਹੀ ਇਹ ਪਰਿਵਾਰ ਅੱਗੇ ਫੁੱਲੇ ਫੁੱਲੇ ਔਰ ਸਾਡੀ ਸਪੋਰਟ ਕਰਦਾ ਰਹੇ। ਤੁਸੀਂ ਅੱਜ ਸੁੱਖ ਸਾਹਿਬ ਤੁਹਾਡੇ ਘਰ ਆਏ? ਜੀ ਹਾਂਜੀ ਹਾਂਜੀ ਸਰ, ਬਹੁਤ ਖੁਸ਼ੀ ਦੀ ਗੱਲ ਹੈ ਜੀ ਔਰ ਇਹਨਾਂ ਨੇ ਸਾਡੇ ਪਰਿਵਾਰਕ ਮੈਂਬਰ ਨੂੰ ਵੀ ਨੇ ਸਾਡੇ ਔਰ ਬਹੁਤ ਹੀ ਅੱਛੇ ਨੇਤਾ ਨੇ ਔਰ ਇਹਨਾਂ ਨੇ ਮਿਲ ਕੇ ਅਸੀਂ ਇਹਨਾਂ ਕੋਲ ਬਹੁਤ ਕੁਛ ਸਿੱਖਿਆ ਵੀ ਹੈ ਔਰ ਇਹਨਾਂ ਦੀ ਜੋ ਸਰਕਾਰ ਕੰਮ ਕਰ ਰਹੀ ਹੈ ਅਸੀਂ ਇਹਨਾਂ ਤੋਂ ਬਹੁਤ ਖੁਸ਼ ਹਾਂ ਜੀ। ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਮੋਦੀ ਸਾਹਿਬ ਦੁਬਾਰਾ ਆਉਣ ਅਤੇ ਅਸੀਂ ਇਹਨਾਂ ਦੇ ਬਿਲਕੁਲ ਨਾਲ ਹੀ ਤੁਹਾਨੂੰ ਮਨ ਤਨ ਤੋਂ ਨਾਲ ਹੀ ਕਹਿੰਦੇ ਜੀ ਇਹਨਾਂ ਦੀ। ਸੋ ਤਰੁਣ ਚੁੱਗ ਸਵੇਰ ਤੋਂ ਹੀ ਲੋਕਾਂ ਦੇ ਆਪਣੇ ਸਮਰਥਕਾਂ ਦੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਦੇ ਪਏ ਨੇ ਅਤੇ ਇਸ ਵੇਲੇ ਸ਼ਾਮ ਦੇ 8 ਵੱਜ ਚੁੱਕੇ ਨੇ ਜਦੋਂ ਕਿ ਆਲੂ ਵਾਲੇ
ਕੱਲੂ ਦਾ ਅਖਾੜਾ ਜਿਹੜਾ ਅੰਮ੍ਰਿਤਸਰ ਦੇ ਸੰਤ ਰਾਮ ਦੇ ਕਲੋਨੀ ਦੇ ਵਿੱਚ ਪਹੁੰਚੇ ਨੇ, ਜਿੱਥੇ ਇੱਕ ਪਰਿਵਾਰ ਦੇ ਨਾਲ ਪਰਿਵਾਰ ਦੇ ਘਰ ਪਹੁੰਚੇ ਨੇ, ਜਿੱਥੇ ਸਾਰੇ ਇਲਾਕੇ ਦੇ ਲੋਕ ਪਹੁੰਚੇ ਹੋਏ ਸਨ, ਉਹਨਾਂ ਦੇ ਨਾਲ ਆਪਣੇ ਉਮੀਦਵਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਲਈ ਤਰਨ ਚੁੱਕ ਨੇ ਅਪੀਲ ਕੀਤੀ ਹੈ। ਕੈਮਰਾ ਪਰਸਨ ਵਿਪਨ ਦੇ ਨਾਲ ਜੋਤੀ ਬਹਿਲ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।